ਦੇਸ਼ ਵਿਦੇਸ਼ ਦੀ ertidite ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 8 ਨੰਬਰ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਂ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪੌੜੀ ਦੇ ਅੰਦਰ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਹਿੰਦੇ ਸੱਚਾ ਸਾਹਿਬ ਏਕ ਤੋ ਸਦਾ ਰਹਿਣ ਵਾਲਾ ਸੱਚਾ ਉਹ ਕੇਵਲ ਏ ਅਕਾਲਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਤੂੰ ਹੀ ਹੈ। ਬਾਕੀ ਜਿੰਨਾ ਕੁਝ ਹੈ ਜਿਵੇਂ ਅਸੀਂ ਕੋਈ ਚੀਜ਼ ਨੂੰ ਫਿਲਹਾਲ ਵਿੱਚ ਕਹਿੰਦੇ ਹਾਂ ਨਾ ਵੀ ਇਸ ਵਕਤ ਹੈ ਅਗਲੇ ਛਣ ਕੀ ਹੋਣਾ ਕੋਈ ਪਤਾ ਨਹੀਂ। ਐਸੀ ਮਹਾਰਾਜ ਨੇ ਜਦੋਂ ਜਗਤ ਦੀ ਗੱਲ ਕੀਤੀ ਤੇ ਆਖਿਆ ਦੁਨੀਆ ਚੀਜ਼ ਫਿਲਹਾਲ ਸਗਲੇ ਸੰਸਾਰ ਸਾਰੇ ਦਾ ਸਾਰਾ ਫਿਲਹਾਲ ਦੇ ਵਿੱਚ ਹੈ। ਸੱਚ ਸੁਖ ਤੇਰਾ ਨਾਮ ਤੇ ਤੇਰਾ ਨਾਮ ਜਿਹੜਾ ਹੈ ਉਹ ਸਦਾ ਰਹਿਣ ਵਾਲਾ ਹੈ ਔਰ ਤੂੰ ਕੈਸਾ ਸੱਚ ਹੈ ਮਹਾਰਾਜ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਆਦ ਤੋਂ ਮੁੱਢ ਤੋਂ ਔਰ ਜਦੋਂ ਜਿੱਥੇ ਕੋ ਮੁੱਢ ਨਹੀਂ ਜੋਗ ਵੀ ਨਹੀਂ ਜੁਗਾਦ ਜੁਗਾ ਦੇ ਆਦ ਤੋਂ ਜਦ ਜੋਗ ਵੀ ਨਹੀਂ ਸੰਉਦਨ ਤੋਂ ਜੁਗਾਦ ਸੱਚ ਹੈ ਭੀ ਹੁਣ ਐਟ ਪ੍ਰੈਜ਼ੈਂਟ ਵਰਤਮਾਨ ਹੁਣ ਵੀ ਹੈ ਔਰ ਫਿਊਚਰ ਦੀ ਗੱਲ ਕਰੀਏ ਆਉਣ ਵਾਲੇ ਦੀ ਭਵਿੱਖ ਦੀ ਨਾਨਕ ਹੋਸੀ ਭੀ ਸੱਚ ਉਹਦੋਂ ਵੀ ਸੱਚ ਇਹ ਤੂੰ ਸਦਾ ਰਹਿਣਾ ਲੇਕਿਨ ਅਸੀਂ ਲੋਕ ਜੋ ਹਾਂ ਜਾਇ ਕਾਇਨਾਤ ਹੈ ਜਗਤ ਜੋ ਦਿਸ ਰਿਹਾ ਹੈ ਇਹ ਸਾਰੇ ਦਾ ਸਾਰਾ ਇਹ ਸੱਚ ਵਿੱਚ ਨਹੀਂ ਹੈ ਬਣਿਆ ਇੱਕ ਦਿਨ ਮਿਟਣਾ ਵੀ ਹੈ ਇਸੇ ਕਰਕੇ ਮਹਾਰਾਜ ਇੱਥੇ ਪਹਿਲਾ ਬਚਨ ਕਹਿੰਦੇ ਆ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਕਿੰਦੇ ਉਹ ਮਾਲਕ ਜਿਹੜਾ ਇੱਕੋ ਹੀ ਅਕਾਲ ਪੁਰਖ ਤੂੰ ਹੈ ਔਰ ਜਿਨੇ ਤੂੰ ਆਪ ਹੀ ਆਪਣੀ ਅਡੋਲਤਾ ਦੇ ਗੁਣ ਜਗਤ ਵਿੱਚ ਵਰਤਾ ਦਿੱਤਾ ਹੈ ਅਡੋਲਤਾ ਦਾ ਜਿਹੜਾ ਗੁਣ ਹੈ ਨਾ ਜਿਨ ਸੱਚੋ ਸੱਚ ਵਰਤਾਇਆ ਜਿਨੇ ਸੱਚ ਦਾ ਵਰਤਾਰਾ ਜਗਤ ਵਿੱਚ ਆਪਣੀ ਅਡੋਲਤਾ ਦਾ ਵਰਤਾਰਾ ਜਿਹੜਾ ਕੀਤਾ ਹੋਇਆ ਹੈ ਵਰਤਰਿਆ ਹੈ ਤੂੰ ਹਰੇਕ ਘਟ ਦੇ ਵਿੱਚ ਤੂੰ ਆਪ ਹੀ ਵਰਤਦਾ ਹੈ ਇਹ ਸਭ ਤੇਰਾ ਹੀ ਵਰਤਣਾ ਹੈ ਸਭ ਜੀਵਾਂ ਵਿੱਚ ਜਿੰਨੀ ਉਹਨਾਂ ਦੇ ਜੀਵਨ ਦੇ ਵਿੱਚ ਹਿਲਜੁਲ ਹੈ ਹਰਕਤ ਹੈ ਉਹ ਤੇਰੇ ਵਰਤਨ ਨਾਲ ਹੀ ਹੈ ਜਿੱਥੇ ਤੂੰ ਨਹੀਂ ਵਰਤਦਾ ਉੱਥੇ ਹਰਕਤ ਖਤਮ ਹੋ ਜਾਂਦੀ ਹੈ ਉਹ ਸਰੀਰ ਮਰਦਾ ਖਵਾਉਂਦਾ ਹੈ ਉਹ ਦਰਖਤ ਸੁੱਕ ਜਾਂਦਾ ਹੈ ਉਹ ਆ ਸਭ ਕੋ ਜੀ ਸਮਾਪਤ ਹੋ ਜਾਂਦਾ ਜਿੱਥੇ ਤੇਰੀ ਹਰ ਤੇਰਾ ਵਰਤਣਾ ਨਹੀਂ ਉੱਥੇ ਹਰਕਤ ਨਹੀਂ ਹੈ ਫਿਰ ਕਹਿੰਦੇ ਜਿਸ ਤੂੰ ਦੇ ਤਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਨਾਲ ਕਹਿੰਦੇ ਉਸ ਜੀਵ ਨੂੰ ਹੀ ਮਿਲਦਾ ਹੈ ਇਹ ਸੱਚ ਜਿਹੜਾ ਇਹ ਖੜਾਓ ਵਾਲਾ ਗੁਣ ਜਿਸ ਨੂੰ ਤੂੰ ਆਪ ਦੇਂਦਾ ਤੇਰੀ ਬਖਸ਼ਿਸ਼ ਦੀ ਬਰਕਤ ਨਾਲ ਉਹ ਮਨੁੱਖ ਉਸ ਖੜਾਓ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ ਜਿਸ ਤੂੰ ਦੇ ਜਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਕਿੰਦੇ ਮਹਾਰਾਜ ਜਿਸ ਨੂੰ ਤੂੰ ਇਹ ਸੱਚ ਦੀ ਦਾਤ ਦੇਵੇਂ ਜਿਸ ਹਿਰਦੇ ਵਿੱਚ ਸੱਚ ਆਪਣੇ ਨਾਮ ਦਾ ਟਿਕਾਣਾ ਕਰ ਦਵੇਂ ਔਰ ਜਿਸ ਜੀਵਨ ਦੇ ਵਿੱਚ ਤੁਸੀਂ ਇਹ ਦਾਤ ਬਖਸ਼ੀ ਹੈ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਜਦੋਂ ਸੱਚ ਦੀ ਬਾਤ ਆਈ ਤੇ ਆਪਾਂ ਪੜਦੇ ਆਂ ਧੰਨ ਗੁਰੂ ਨਾਨਕ ਦੇਵ પાਛਾ ਮਹਾਰਾਜ ਉਦਾਸੀਆਂ ਦੌਰਾਨ ਜਦੋਂ ਉਸ ਤਰਤ ਤੇ ਪਹੁੰਚੇ ਹੈ ਜਿਸ ਤਰਤ ਦੇ ਉੱਤੇ ਹਮਜਾ ਗੌਸ ਵਰਗਾ ਪੀਰ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਸਭ ਪਾਸੇ ਝੂਠ ਹੀ ਝੂਠ ਹੈ ਲੋਕ ਝੂਠੇ ਸਾਰਾ ਜਗਤ ਹੀ ਝੂਠਾ ਹੈ ਇੱਥੇ ਕੋਈ ਸੱਚਾ ਹੈ ਹੀ ਨਹੀਂ ਤੇ ਮਹਾਰਾਜ ਜਦੋਂ ਉਸ ਤਰਤੀ ਤੇ ਪਹੁੰਚਦੇ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਪੀਰ ਜੀ ਇੱਥੇ ਕੋ ਸੱਚ ਵੀ ਹੋਵੇਗਾ ਤਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵਕਤ 2 ਪੈਸੇ ਦੇ ਕੇ ਬਾਬੇ ਮਰਦਾਨੇ ਨੂੰ ਭੇਜਿਆ ਵੇ ਜਾ ਬਾਜ਼ਾਰ ਦੇ ਵਿੱਚੋਂ ਇੱਕ ਪੈਸੇ ਦਾ ਸੱਚ ਤੇ ਇੱਕ ਦਾ ਝੂਠ ਖਰੀਦ ਕੇ ਲਿਆ ਔਰ ਜਦੋਂ ਉਹ ਪਹੁੰਚੇ ਨੇ ਨਾ ਉੱਥੇ ਬਾਜ਼ਾਰ ਦੇ ਵਿੱਚ ਪੁੱਛਿਆ ਉਹ ਸਾਰੇ ਕਹਿੰਦੇ ਵੀ ਇਹ ਵਸਤੂ ਕਿਹੜੀ ਹੋਈ ਹਰੇਕ ਨੇ ਜਵਾਬ ਦੇ ਦਿੱਤਾ ਪਰ ਇੱਕ ਬੈਠਾ ਖਤਰੀਓ ਨੇ ਦੋਨੋਂ ਪੈਸੇ ਰੱਖ ਲੈ ਤੇ ਇੱਕ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਇਹ ਲਿਖ ਕੇ ਦੇ ਦਿੱਤਾ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਖਾਇਆ ਭਾਈ ਇਹ ਦੇਖ ਭਾਵੇਂ ਉਹ ਬਾਦ ਵਿੱਚ ਇਸ ਸੱਚ ਦੇ ਉੱਤੇ ਕਿੰਨਾ ਕੁ ਪ੍ਰਵਾਣ ਚੜਿਆ ਉਸ ਹਸਨ ਅਬਦਾਲ ਦੀ ਤਰਤੀਤੇ ਮਹਾਰਾਜ ਸਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ ਜੋ ਬਖਸ਼ਿਸ਼ ਕੀਤੀ ਹੈ ਜੋ ਮਿਹਰ ਕੀਤੀ ਹੈ ਜਿੱਥੇ ਅੱਜ ਆਪਾਂ ਗੁਰਦੁਆਰਾ ਪੰਜਾ ਸਾਹਿਬ ਦੇ ਵੀ ਦਰਸ਼ਨ ਕਰਦੇ ਮਹਾਰਾਜ ਨੇ ਉੱਥੇ ਵੀ ਮੇਰਾ ਵਰਤਾਇਆ ਉੱਥੇ ਵਲੀ ਕੰਧਾਰੀ ਵਰਗਿਆਂ ਨੂੰ ਸੱਚ ਤੋਂ ਜਾਣੂ ਕਰਾਇਆ ਔਰ ਜਿੱਥੇ ਮੁੱਲਾਂ ਮੁੱਲਾ ਖੱਤਰੀ ਵਰਗੇ ਜੀਵਨ ਜਿਹੜੇ ਨੇ ਉਹਨਾਂ ਦੇ ਅੰਦਰ ਇਹ ਚੀਜ਼ ਭਾਵੇਂ ਉਸ ਚੀਜ਼ ਨੂੰ ਜਾਣਦੇ ਤਾਂ ਹੈ ਲੇਕਿਨ ਪ੍ਰੈਕਟੀਕਲ ਰੂਪ ਦੇ ਵਿੱਚ ਅਪਣਾ ਨਹੀਂ ਪਾਏ ਜਦੋਂ ਗੁਰੂ ਨੇ ਕਿਰਪਾ ਕੀਤੀ ਜਿੰਨਾ ਅੰਦਰ ਵਰਤਾਇਆ ਉਹਨਾਂ ਹੀ ਇਹ ਸੱਚ ਨੂੰ ਸਮਝਿਆ ਤੇ ਜਿੱਦਣ ਸਮਝਿਆ ਉਹਦਣ ਗੁਰੂ ਦੇ ਚਰਨਾਂ ਨਾਲ ਜੁੜ ਗਏ ਤਾਂ ਕਰਕੇ ਮਹਾਰਾਜ ਕਹਿੰਦੇ ਸੱਚ ਵੀ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਾਦੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸੁਣਾਇ ਮਹਾਰਾਜ ਕਹਿੰਦੇ ਜਿਸ ਤੂੰ ਦੇਂ ਜਿਨੂੰ ਤੂੰ ਦੇਵੇਂ ਤਿਸ ਮਿਲੈ ਸੱਚ ਤਾਂ ਹੀ ਕਹਿੰਦੇ ਨਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਂ ਸੋਈ ਹੋ ਪਾਈ ਸਤਗੁਰ ਮਿਲੇ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਜਿਨ੍ਹਾਂ ਨੂੰ ਸਤਗੁਰੂ ਮਿਲ ਪੈਂਦਾ ਉਹਨਾਂ ਨੂੰ ਇਹ ਪੂਰਨ ਖਿਡਾਓ ਵਾਲੀ ਦਾਤ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਔਰ ਸਤਗੁਰੂ ਉਹਨਾਂ ਦੇ ਹਿਰਦੇ ਵਿੱਚ ਇਹ ਖਿਡਾਓ ਟਿਕਾ ਦਿੰਦਾ ਖਿਡਾਓ ਭਾਵ ਖੇੜਾ ਜਿਹੜਾ ਸਦਾ ਬਣਿਆ ਰਹਿੰਦਾ ਸਤਗੁਰ ਮਿਲਿਆ ਗੁਰੂ ਦੇ ਮਿਲਾਪ ਨਾਲ ਸੱਚ ਪਾਇਆ ਸੱਚ ਨੂੰ ਪ੍ਰਾਪਤ ਕੀਤਾ ਔਰ ਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਵੀ ਗਏ ਕਿਉਂਕਿ ਗੁਰੂ ਦੀ ਬਾਣੀ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਵੇਲੇ ਦਾ ਸੱਚ ਜਿਹਨੂੰ ਧਾਰਨ ਕਰਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਇਹ ਹੈ ਕਿ ਉਹਦੇ ਵਾਸਤੇ ਤਾਂ ਹੀ ਮਨੁੱਖ ਦੀ ਸਮੁੱਚੀ ਯਾਤਰਾ ਜਿਹੜੀ ਹੈ ਮਹਾਰਾਜ ਨੇ ਦੋ ਸ਼ਬਦਾਂ ਵਿੱਚ ਭਰੋਈ ਹੈ ਉਹ ਕਹਿੰਦੇ ਆ ਕਿ ਤੂੰ ਇੱਥੋਂ ਤੁਰਨਾ ਇੱਥੇ ਪਹੁੰਚਣਾ ਔਰ ਤੁਰਨਾ ਕਿੱਥੋਂ ਹੈ ਕਹਿੰਦੇ ਕੂੜਿਆਰ ਤੋਂ ਯਾਤਰਾ ਆਰੰਭ ਹੋ ਰਹੀ ਹੈ ਔਰ ਸਚਿਆਰ ਤੇ ਸੰਪੰਤਾ ਹੋਣੀ ਚਾਹੀਦੀ ਕੂੜਿਆਰ ਤੋਂ ਸਚਿਆਰ ਤੱਕ ਦਾ ਸਫਰ ਹੈ ਜਿਹੜਾ ਸਵਾਲ ਜਪਜੀ ਸਾਹਿਬ ਵਿੱਚ ਖੜਾ ਕੀਤਾ ਗਿਆ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਕੂੜ ਦੀ ਪਾਲ ਕੰਧ ਕਿਵੇਂ ਟੁੱਟੇਗੀ ਤਾਂ ਇਹ ਜਿਹੜਾ ਕੂੜਿਆਰ ਤੋਂ ਸਚਿਆਰ ਤੱਕ ਦਾ ਸਫਰ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਓ ਤੂੰ ਤੈਅ ਕਰਨਾ ਹੈ ਔਰ ਸਤਗੁਰੂ ਦੇ ਮਿਲਾਪ ਨਾਲ ਹੀ ਇਹ ਖੜਾ ਇਹ ਪੂਰਨ ਦਾਤ ਜਿਹੜੀ ਹੈ ਬਖਸ਼ਿਸ਼ ਪ੍ਰਾਪਤ ਹੋਈ ਹੈ ਸਿਰ ਮਹਾਰਾਜ ਅਖੀਰ ਤੇ ਕਹਿੰਦੇ ਮੂਰਖ ਸੱਚ ਨਾ ਜਾਣਣੀ ਮਨਮੁਖੀ ਜਨਮ ਗਵਾਏ ਮੂਰਖਾ ਨੇ ਇਸ ਖੜਾਓ ਦੀ ਸਾਰ ਨਹੀਂ ਆਉਂਦੀ ਔਰ ਉਹ ਮਨਮੁਖ ਇਸ ਤੋਂ ਵਾਂਝੇ ਰਹਿ ਕੇ ਆਪਣਾ ਜਨਮ ਜਿਹੜਾ ਅਜਾਈਂ ਗਵਾ ਬੈੰਦੇ ਮੂਰਖਾ ਨੇ ਕੂੜ ਦੇ ਵਿੱਚ ਹੀ ਉਹਦੇ ਵਿੱਚ ਹੀ ਜੀਵਨ ਲੱਗਾ ਰਿਆ ਔਰ ਮਨ ਮੁਕਤਾ ਦੇ ਵਿੱਚ ਹਮੇਸ਼ਾ ਆਪਣੇ ਮਨ ਦੀ ਸੁਣੀ ਗੁਰੂ ਵਾਲੇ ਪਾਸੇ ਨਾ ਤੁਰੇ ਆਪਣਾ ਜਨਮ ਗਵਾ ਕੇ ਬੈਗ ਜੀਵਨ ਗਵਾ ਕੇ ਬੈਗ ਤੇ ਮਹਾਰਾਜ ਅਖੀਰਲੀ ਪੰਕਤੀ ਕਹਿੰਦੇ ਵਿੱਚ ਦੁਨੀਆ ਕਾਹੇ ਆਇਆ ਜਗਤ ਵਿੱਚ ਜਨਮ ਲੈਣ ਦਾ ਉਹਨਾਂ ਦਾ ਕੋਈ ਲਾਭ ਨਹੀਂ ਹੁੰਦਾ ਉਹ ਜਿਹੇ ਆਏ ਤਿਹ ਨਾ ਆਪਾ ਕੈ ਵੀਰੀ ਅਕਸਰ ਕਿਸੇ ਬੰਦੇ ਨੂੰ ਦੁਨਿਆਵੀ ਕੰਮਾ ਕਰਕੇ ਕਹਿ ਦਿੰਨੇ ਵੀ ਤੇਰੇ ਤਾਂ ਤੇਰਾ ਤਜਿਆ ਤੂੰ ਜਨਮ ਲਿਆ ਜਿਆ ਨਾ ਲਿਆ ਪਰ ਮਹਾਰਾਜ ਕਹਿੰਦੇ ਅਸਲ ਵਿੱਚ ਜੇ ਤੂੰ ਮਾਲਕ ਦੀ ਬਾਦਤ ਤੋਂ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਿਆ ਤਾਂ ਫਿਰ ਇਸ ਦੁਨੀਆ ਵਿੱਚ ਦੁਨੀਆ ਕਾਹੇ ਆਇਆ ਤੇਰੇ ਆਉਣ ਦਾ ਕੀ ਫਾਇਦਾ ਹੋਇਆ ਕੋਈ ਲਾਹਾ ਨਾ ਹੋਇਆ ਫਿਰ ਤਾਂ ਐਵੇਂ ਜਿਹੜਾ ਆ ਕੇ ਟਾਈਮ ਲੰਘਾ ਕੇ ਜਾਣ ਵਾਲੀ ਬਾਤ ਸੀ ਇਸੇ ਕਰਕੇ ਮਹਾਰਾਜ ਕਹਿੰਦੇ ਸੰਸਾਰ ਵਿੱਚ ਆਇਆ ਤੱਕਾ ਦੇ ਲਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਬ ਮੁਕ ਦੀ ਚੱਲੀ ਰਹਿਣ ਜੀਵਨ ਰੂਪੀ ਉਮਰ ਜਿਹੜੀ ਹੈ ਉਹ ਰਾਤ ਗੁਜ਼ਰ ਰਹੀ ਹੈ ਉਹਦੇ ਤੋਂ ਪਹਿਲਾਂ ਸੱਚ ਨਾਲ ਮਿਲ ਤਾਂ ਕਿ ਇੱਕ ਦਿਨ ਸੱਚ ਦਾ ਰੂਪ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀ ਤੇ ਦਿਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਆਸਾ ਕੀ ਵਾਰ ਜਿਸ ਦੀ 9 ਨੰਬਰ ਪੌੜੀ ਨਾਲ ਆਇਆ ਹੋਇਆ ਪਹਿਲਾ ਸ਼ਲੋਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹੈ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆ ਜੀਤੀ ਆਰ ਜਾ ਪੜੀਆਂ ਜੀਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਲੋਕ ਜਿਹੜਾ ਹੈ ਇਹਦੀ ਜਦੋਂ ਅਸੀਂ ਉਥਾਨਕਾ ਪੜਦੇ ਹਾਂ ਤਾਂ ਇਹ ਮਹਾਰਾਜ ਨੇ ਕਸ਼ਮੀਰ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਮਟਨ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ ਜਿੰਨਾ ਸੰਗਤਾਂ ਨੇ ਕੀਤੇ ਹੋਣਗੇ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਜੀਵਨ ਵਿੱਚ ਕਦੇ ਸਮਾਂ ਮਿਲੇ ਤਾਂ ਉਸ ਅਸਥਾਨ ਦੇ ਵੀ ਆਪ ਜੀ ਨੇ دیدار ਕਰਨੇ ਜੋ ਮਟਨ ਸਹਿਬ ਦੇ ਨਾਮ ਨਾਲ ਗੁਰ ਅਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉੱਥੇ ਚਰਨ ਪਾਏ। ਉੱਥੇ ਸਤਿਗੁਰਾਂ ਦਾ ਮਿਲਾਪ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਬ੍ਰਹਮਦਾਸ ਬ੍ਰਹਮਦੱਤ ਕਰਕੇ ਵੀ ਉਹਦਾ ਨਾਮ ਜਿਹੜਾ ਹੈ ਇਤਿਹਾਸ ਵਿੱਚ ਲਿਖਿਆ ਹੁੰਦਾ ਹੈ ਪੰਡਿਤ ਐਕ। ਉਹਨੂੰ ਬੜੀ ਉਹਨੇ ਵਿਦਿਆ ਪੜ੍ਹੀ ਹੈ ਬੜੇ ਗ੍ਰੰਥ ਮੁਤਾਲਿਆ ਕੀਤੇ ਨੇ। ਔਰ ਵਿਦਿਆ ਪੜ੍ਹ ਕੇ ਉਹਨੇ ਆਪਣੇ ਅੰਦਰ ਇੱਕ ਸੰਕਲਪ ਲੈ ਲਿਆ ਵੀ ਮੈਂ ਦਿਗ ਵਿਜੇ ਪਵਕੇ ਮੈਂ ਸਾਰੀ ਧਰਤੀ ਤੇ ਜਿੱਤ ਪ੍ਰਾਪਤ ਦਾ ਝੰਡਾ ਆਪਣਾ ਜਿਹੜਾ ਚਲਾਉਣਾ ਹੈ ਉਹਦੇ ਲਈ ਉਹ ਗ੍ਰੰਥ ਕਿਤਾਬਾਂ ਪੜ੍ਹ ਕੇ ਉਹਨੇ ਕੰਮ ਸ਼ੁਰੂ ਕਰ ਲਿਆ ਵੀ ਕੋਈ ਮੇਰੇ ਨਾਲ ਆ ਕੇ ਜਿਰਿਆ ਕਰ ਲਵੇ ਚਰਚਾ ਕਰ ਲਵੇ ਲਿਕਨੋਦਲੀ ਉਹ ਸ਼ਰਤ ਰੱਖਦਾ ਵੀ ਜਿਹੜਾ ਉਸ ਚਰਚਾ ਵਿੱਚ ਹਾਰ ਗਿਆ ਉਹ ਜਿੰਨੇ ਉਹਦੇ ਕੋਲੇ ਗ੍ਰੰਥ ਹੈ ਉਹ ਮੈਨੂੰ ਦੇ ਦੇਗਾ ਤੇ ਗਾਂ ਤੋਂ ਪੜਨ ਦੀ ਕਹਾਣੀ ਛੱਡ ਦੇਗਾ ਉਹਨੂੰ ਅਧਿਕਾਰ ਨਹੀਂ ਪੜਨ ਦਾ ਬਹੁਤ ਕੁਝ ਉਹਨੇ ਜਿੱਤਿਆ ਬੜਾ ਕੁਝ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਉੱਥੇ ਗਏ ਆ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਿਲਿਆ ਤੋਹਨੇ ਵਿਦਿਆ ਦੀਆਂ ਬੜੀਆਂ ਗੱਲਾਂ ਕੀਤੀਆਂ ਕਿਉਂਕਿ ਪੜਿਆ ਸੀ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਭਲਾ ਕਰਨ ਵਾਸਤੇ ਔਰ ਸਾਨੂੰ ਸਾਰਿਆਂ ਨੂੰ ਵਿਦਿਆ ਪੜਨ ਵਾਲਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਖਾਸ ਕਰਕੇ ਚੱਲਣ ਵਾਲੇ ਲੋਕਾਂ ਨੂੰ ਚਾਹੇ ਉਹ ਧਰਮ ਦੀ ਦੁਨੀਆ ਦੀ ਵਿਦਿਆ ਪੜਦੇ ਆ ਚਾਹੇ ਦੁਨਿਆਵੀ ਪੜਦੇ ਆ ਜਿਸ ਤਰ੍ਹਾਂ ਦੀ ਵੀ ਹੈ ਮਹਾਰਾਜ ਨੇ ਬੜਾ ਵੱਡਾ ਉਪਦੇਸ਼ ਦਿੱਤਾ ਹੈ ਕਿ ਵਿਦਿਆ ਇੱਕ ਪ੍ਰਣਾਲੀ ਕਿਹੋ ਜੀ ਹੋਣੀ ਚਾਹੀਦੀ ਹੈ ਤੁਸੀਂ ਸ਼ਾਇਦ ਪਹਿਲਾਂ ਜਿਹੜਾ ਪੜਿਆ ਹੋਵੇ ਗਵਰਨਮੈਂਟ ਸਕੂਲ ਹੁੰਦੇ ਸਨ ਸਰਕਾਰੀ ਸਕੂਲ ਤੇ ਉਹਨਾਂ ਦੇ ਗੇਟ ਦੇ ਬਾਹਰ ਜੇ ਦੋ ਬੁਰਜੀਆਂ ਤੇ ਇੱਕ ਤੇ ਲਿਖਿਆ ਹੁੰਦਾ ਸੀ ਸਿੱਖਣ ਲਈ ਆਓ ਦੂਸਰੀ ਤੇ ਲਿਖਿਆ ਹੁੰਦਾ ਸੀ ਸੇਵਾ ਲਈ ਜਾਓ ਜਾਂ ਸਾਹਮਣੇ ਉੱਪਰ ਲਿਖਿਆ ਹੋਣਾ ਸਿੱਖਣ ਲਈ ਆਓ ਸੇਵਾ ਲਈ ਜਾਓ ਵੀ ਤੁਹਾਨੂੰ ਇੱਥੇ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਆ ਇਹ ਸਿੱਖ ਕੇ ਇਹਦੇ ਨਾਲ ਤੁਸੀਂ ਸਮਾਜ ਦੀ ਸੇਵਾ ਕਰਨੀ ਹੈ ਚਾਹੇ ਤੁਸੀਂ ਕਿਸੇ ਅਫੀਸਰ ਦੀ ਕੁਰਸੀ ਤੇ ਬੈਠੋ ਚਾਹੇ ਤੁਸੀਂ ਕਿਸੇ ਹੋਰ ਰੂਪ ਦੇ ਵਿੱਚ ਸਮਾਜ ਦੀ ਸੇਵਾ ਵਾਸਤੇ ਤੁਸੀਂ ਇਹ ਕੁਝ ਕਰਨਾ ਲਿਕਨੋ ਵਿਦਿਅਕ ਪ੍ਰਣਾਲੀ ਕਿਸ ਤਰ੍ਹਾਂ ਦੀ ਹੋ ਗਈ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਬੜਾ ਲਮੇਰਾ ਕੰਮ ਹੋ ਜਾਏਗਾ ਤਾਂ ਸਾਰੇ ਨਹੀਂ ਬਹੁਤ ਥਾਵਾਂ ਤੇ ਚੰਗੇ ਟੀਚਰ ਜਿਹੜੇ ਜਿਹੜੇ ਵਾਕਈ ਇਹ ਸਮਝਦੇ ਆ ਕਿ ਮੇਰੇ ਕੋਲੇ ਇੱਕ ਬੜੀ ਵੱਡੀ ਰਿਸਪੌਂਸਿਬਿਲਟੀ ਹੈ ਮੈਂ ਕੋਈ ਜੀਵਨ ਨੂੰ ਘੜ ਰਿਹਾ ਹਾਂ ਤਾਂ ਉਹ ਨਭਾਉਂਦਾ ਨਹੀਂ ਤਾਂ ਉਹ ਕਹਿੰਦਾ ਕਿ ਸਕੂਲ ਵਿੱਚ ਤੂੰ 5 6 ਘੰਟੇ 8 ਘੰਟੇ ਮੇਰੇ ਕੋਲ ਹੈ ਤੇਰੇ پاس ਹੋਣ ਦੀ ਗਰੰਟੀ ਨਹੀਂ ਮੈਂ ਕੋ ਦਿੰਦਾ ਲੇਕਨ ਜੇ ਤੂੰ ਇੱਕ ਘੰਟਾ ਮੇਰੇ ਘਰ ਆ ਕੇ ਮੇਰੇ ਤੋਂ ਟਿਊਸ਼ਨ ਲੈ ਲਵੇਂਗਾ ਤਾਂ ਤੇਰੀ ਪੱਕੀ ਗਰੰਟੀ ਹੈ ਤੂੰ ਪਾਸ ਹੋਏਗਾ ਉਹਦੇ ਵਾਸਤੇ ਫਿਰ ਉਹ ਧੰਨ ਵੀ ਆਖੇਗਾ ਵੀ ਇਹਨਾਂ ਦੇ ਉਹਨਾਂ ਦੇ ਸਾਰੇ ਨਹੀਂ ਬੜੇ ਅੱਛੇ ਨੇ ਜਿਹੜੇ ਬੱਚਿਆਂ ਨੂੰ ਇੱਥੋਂ ਤੱਕ ਉੱਥੇ ਵੀ ਪੜਾਉਂਦੇ ਕੋਈ ਕਮਜ਼ੋਰ ਦਿਸਦਾ ਹੈ ਉਹਨਾਂ ਨੂੰ ਅਸਟਰਾ ਟਾਈਮ ਲਗਾ ਕੇ ਮਿਹਨਤ ਕਰਵਾਉਂਦੇ ਆ ਜਾਂ ਧਨ ਨਾ ਲੈ ਕੇ ਗਰੀਬਾਂ ਉਹਨਾਂ ਨੂੰ ਭਲਾ ਕਰਦੇ ਵੀ ਇਹਨਾਂ ਨੂੰ ਵਿੱਦਿਆ ਦਾ ਦਾਣ ਦਿੱਤਾ ਜਾਏ। ਔਰ ਭਾਈ ਸੇ ਭਾਈ ਗੁਰਦਾਸ ਜੀ ਨੇ ਲਿਖਿਆ ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕ। ਜਿਵੇਂ ਸੈਂਕੜੇ ਸੋਨੇ ਦੇ ਮੰਦਰ ਉਸਾਰ ਦਿੱਤੇ ਜਾਣ। ਉਹਨਾਂ ਦਾ ਕੋਈ ਬੰਦਾ ਪੁੰਨ ਦੀ ਆਸ ਕਰਦਾ ਕਹਿੰਦੇ ਜੇ ਸਿੱਖ ਨੂੰ ਸਿਖਿਆਰਥੀ ਨੂੰ ਇੱਕ ਅੱਖਰ ਇੱਕ ਸ਼ਬਦ ਸਿਖਾ ਦਵੇਂ ਤੇ ਏਡਾ ਵੱਡਾ ਪੋਨਿਆ ਇਹਦਾ ਤੋ ਖੈਰ ਮਹਾਰਾਜ ਸਚੇ ਪਾਤਸ਼ਾਹ ਨੂੰ ਜਦੋਂ ਪੰਡਿਤ ਮਿਲਿਆ ਤੇ ਮਹਾਰਾਜ ਕਹਿੰਦੇ ਪੰਡਿਤ ਜੀ ਗੱਲ ਇਹ ਆ ਪੜ੍ਹਾਈ ਕੀਤੀ ਆ ਚੰਗੀ ਗੱਲ ਆ ਪਰ ਜੇ ਇਸ ਪੜ੍ਹਾਈ ਦਾ ਵਿਮਾਂਤ ਲੈ ਕੇ ਚੁੱਕ ਕੇ ਤੁਰ ਪਏ ਹੋ ਨਾ ਇੱਕ ਚੇਤਾ ਰੱਖਿਓ ਪੜ੍ਹ-ਪੜ ਗੱਡੀ ਲੱਦੀਆਂ ਪੜ੍ਹ-ਪੜ ਭਰੀਆਂ ਸਾਥ ਕਹਿੰਦੇ ਪੜ੍ਹ-ਪੜ ਕੇ ਭਾਵੇਂ ਇੰਨੀਆਂ ਕਿਤਾਬਾਂ ਪੜ੍ਹ ਲਓ ਪੋਥੀਆਂ ਜਿਹੜੀਆਂ ਪੜ੍ਹ ਲਓ ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣੇ ਨੀਆਂ ਪੋਥੀਆਂ ਪੜ ਲਓ ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ ਪੜ ਪੜ ਭਰੀਆਂ ਸਾਥ ਢੇਰਾਂ ਦੇ ਢੇਰ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ ਔਰ ਪੂਰਾ ਦੇ ਪੂਰ ਜਿਵੇਂ ਬੇੜੀ ਉੜਾਰ ਤੋਂ ਪਾਰ ਲਜਾਣਾ ਵੀ ਪੂਰੀ ਬੇੜੀ ਭਰ ਜਾਏ ਨੇ ਪੋਥੀਆਂ ਗ੍ਰੰਥ ਜਿਹੜੇ ਉਹ ਪੜੇ ਹੋਣ ਔਰ ਉਹਦੇ ਨਾਲ ਨਾਲ ਫਿਰ ਅਗਲਾ ਸ਼ਬਦ ਜਿਹੜਾ ਆਖਿਆ ਕਹਿੰਦੇ ਜਿਨ੍ਹਾਂ ਨਾਲ ਇੱਕ ਬੇੜੀ ਭਰ ਜਾ ਕਈ ਖਾਤੇ ਪੂਰੇ ਜਾਸਣ ਖਾਤਾ ਵੈਸੇ ਖੱਡੇ ਨੂੰ ਕਹਿੰਦੇ ਐ ਕਹਿੰਦੇ ਕਈ ਜਿਹੜੇ ਨੇ ਉਹ ਪੜ ਪੜ ਗੱਡੀਆਂ ਖਾਤ ਕਈ ਖੱਡੇ ਜਿਹੜੇ ਨੂੰ ਭਰ ਲੈ ਜਾਣ ਪੂਰ ਭਰ ਜਾਣ ਪੜੀਆਂ ਜੇਤ ਤੇ ਬਰਸ 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 ਦਾ ਅਰਥ ਹੈ ਸਾਲ ਸਾਲਾਂ ਦੇ ਸਾਲ ਜਿੰਨੀ ਉਮਰ ਹੈ ਤੂੰ ਧਾਰਮਿਕ ਪੋਥੀਆਂ ਪੜਦਾ ਰਵੇਂ ਪੜੀਆਂ ਜੇਤ ਤੇ ਮਾਸ ਮਾਸ ਕਹਿੰਦੇ ਐ ਮਹੀਨੇ ਨੂੰ ਇੰਨੇ ਮਹੀਨੇ ਜਿਹੜਾ ਹੈ ਉਹ ਪੜ ਲਿਆ ਜਾਏ ਪੜੀਏ ਜੇਤੀ ਆਰਜਾ ਪੜੀਆਂ ਜੇਤੇ ਸਾਸ ਆਰਜਾ ਜਿੰਨੀ ਤੇਰੀ ਏਜ ਆ ਉਮਰ ਆ ਉਹ ਸਾਰੀ ਉਮਰ ਤੂੰ ਪੜ ਲਵੇਂ ਉਹ ਪੜਾਈ ਤੂੰ ਕਰੇ ਜਿੰਨੇ ਸਵਾਸ ਸੈ ਨੇ ਓਨੀਆਂ ਤੂੰ ਕਰੇ ਪਰ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ ਪਰ ਕਹਿੰਦੇ ਲੇਖੇ ਵਿੱਚ ਕੋਈ ਬਾਤ ਪੈਣੀ ਹੈ ਬਾਕੀ ਤਾਂ ਐਵੇਂ ਹੋਵੇਂ ਹੰਕਾਰ ਵਧਾਉਣ ਵਾਲੀਆਂ ਚੱਖ ਮਾਰਨ ਵਾਲੀਆਂ ਗੱਲਾਂ ਜੇ ਮਾਲਕ ਦੀ ਇਬਾਦਤ ਨਾ ਕੀਤੀ ਸਭ ਕੁਝ ਵਿਅਰਥੋ ਕਿਹਾ ਜਾਏਗਾ। ਔਰ ਗੁਰੂ ਪਾਤਸ਼ਾਹ ਮਹਾਰਾਜ ਨੇ ਬ੍ਰਹਮਦਾਸ ਨੂੰ ਜਦੋਂ ਉਪਦੇਸ਼ ਦਿੱਤਾ ਨਾ ਸੋਝੀ ਦਿੱਤੀ ਆ ਗਿਆਨ ਦਿੱਤਾ ਤਾਂ ਉਹਦੇ ਜੀਵਨ ਵਿੱਚ ਇਹੋ ਜਿਹਾ ਗਿਆਨ ਵਸਿਆ ਉਹ ਮਾਲਕ ਦੀ ਇਬਾਦਤ ਵਾਲਾ ਹੋ ਗਿਆ ਉਸੇ ਬ੍ਰਹਮਦਾਸ ਦਾ ਅੱਗੋਂ ਪੁੱਤਰ ਹੈ ਨਾਰਾਇਣ ਦਾਸ ਨਾਰਾਇਣ ਦਾਸ ਦਾ ਪੁੱਤਰ ਹੈ ਅਗੋਂ ਅੜੂ ਰਾਮ ਤੇ ਅੜੂ ਰਾਮ ਦਾ ਅਗੋਂ ਪੁੱਤਰ ਹੈ ਕਿਰਪਾ ਰਾਮ ਜਿਹੜਾ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਆਇਆ ਸੀ ਕਿ ਸਾਡਾ ਧਰਮ ਖਤਰੇ ਵਿੱਚ ਹੈ ਇਹ ਉਸੇ ਬ੍ਰਹਮ ਦਾਸ ਦਾ ਪੜਪੋਤਰਾ ਸੀ ਕਿਉਂਕਿ ਉਹਦਾ ਪੁੱਤਰ ਹੈ ਅਗੋਂ ਨਾਰਾਇਣ ਦਾਸ ਪੁੱਤਰ ਹੈ ਅੜੂ ਰਾਮ ਤੇ ਅਡੂਰਾਮ ਤੋਂ ਅੱਗੇ ਪੜਪੋਤਰਾ ਹੈ ਕਿਰਪਾ ਰਾਮ ਤੇ ਇਹ ਇਹਨਾਂ ਦਾ ਸਭ ਨਾਲੋਂ ਵੱਡਾ ਸੀ ਠਾਕੁਰਦਾਸ ਉਹਦਾ ਨਾਮ ਹੁੰਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਸੋਝੀ ਦਿੱਤੀ ਜਿਹੜਾ ਗਿਆਨ ਦਿੱਤਾ ਇਹ ਸਮਝਾਇਆ ਕਿ ਕੇਵਲ ਧਾਰਮਿਕ ਪੁਸਤਕਾਂ ਪੜ੍ਹਨ ਦੇ ਨਾਲ ਬਾਤ ਨਹੀਂ ਬਣੇਗੀ ਜੇ ਕਿਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਨਾ ਕੀਤਾ। ਤੇ ਉਹਨਾਂ ਨੂੰ ਇਹੋ ਜਿਹਾ ਸਾਧਨ ਬਣਾ ਲਿਆ ਬਈ ਉਹ ਪੜ੍ਹਾਈ ਤੇਰੇ ਅਹੰਕਾਰ ਦਾ ਤੇਰੀ ਹਉਮੈ ਦਾ ਕਾਰਨ ਬਣਨ ਲੱਗ ਪਈ ਤੇਰੇ ਅੰਦਰ ਅਹੰਕਾਰ ਪੈਦਾ ਕਰ ਦਿੱਤਾ ਉਸ ਪੜ੍ਹਾਈ ਨੇ ਉਹਦੇ ਨਾਲ ਤਾਂ ਨਿਮਣਾ ਸੀ ਤਾਂ ਹੀ ਆਖਿਆ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਇਹ ਵਿਦਿਆ ਵਿਚਾਰੀ ਤਾਂ ਸਮਝੀ ਜੇ ਤੂੰ ਕੋਈ ਪਰਉਪਕਾਰ ਕਰ ਸਕਿਆ ਜੇ ਪਰਉਪਕਾਰ ਨਹੀਂ ਕਰ ਪਾਇਆ ਤਾ ਸਹਿਬ ਕਹਿੰਦੇ ਫਿਰ ਤੇਰੀ ਵਿਦਿਆ ਪੜੀ ਦਾ ਕੋਈ ਫਾਇਦਾ ਨਹੀਂ ਹੈ। ਇਹਦੇ ਨਾਲ ਤੂੰ ਕਿਸੇ ਨੂੰ ਗਿਆਨ ਦੇ ਸਕਿਆ? ਕਿਸੇ ਨੂੰ ਗਿਆਨ ਵੰਡ ਸਕਿਆ? ਔਰ ਕਿਸੇ ਦਾ ਇਸ ਵਿਦਿਆ ਨਾਲ ਭਲਾ ਕਿਉਂਕਿ ਅਸੀਂ ਜਦੋਂ ਸੇਵਾ ਦੀ ਗੱਲ ਕਰਦੇ ਆ ਨਾ ਤਾਂ ਚੇਤਾ ਰੱਖਿਓ ਜਿਨ੍ਹਾਂ ਦੇ ਕੋਲੇ ਉਹ ਕਹਿੰਦਾ ਜੀ ਮੈਂ ਗੁਰਦੁਆਰੇ ਜੋੜੇ ਨਹੀਂ ਛੱਡ ਸਕਦਾ ਜਾ ਕੇ ਮੈਂ ਬੁੱਕਰ ਨਹੀਂ ਫੇਰ ਸਕਦਾ ਮੈਂ ਭਾਂਡੇ ਨਹੀਂ ਮਾਣ ਸਕਦਾ। ਮਹਾਰਾਜ ਕਹਿੰਦੇ ਤੇਰੇ ਕੋਲੇ ਜਿਹੜਾ ਗੁਣ ਹੈ ਨੂੰ ਵੰਡੇ ਵੀ ਸੇਵਾ ਤੂੰ ਕਿਸੇ ਜ਼ਰੂਰਤਮੰਦ ਬੱਚਿਆਂ ਨੂੰ ਉਹ ਕਮਜ਼ੋਰ ਨੇ ਕਿਸੇ ਵਿਸ਼ੇ ਵਿੱਚ ਤੂੰ ਪੜ੍ਹਾ ਉਹਨਾਂ ਨੂੰ ਸੇਵਾ ਕਰ ਮਾਇਆ ਨਾਲ ਹੈ। ਔਰ ਜੇ ਉਹ ਕਮਜ਼ੋਰ ਨੇ ਵੀ ਪੂਰੀ ਨਹੀਂ ਦੇ ਸਕਦੇ ਦੂਸਰਿਆਂ ਤੋਂ ਹਾਰ ਲੈਣਾ ਉਹਨਾਂ ਤੋਂ 200 ਲੈ ਲੈ 400 ਲੈ ਲੈ ਸੇਵਾ ਇਹ ਵੀ। ਔਰ ਜਦੋਂ ਇਹ ਇਸ ਭਾਵ ਨਾਲ ਤੂੰ ਸੇਵਾ ਕਰੇਂਗਾ ਫਿਰ ਉਹ ਤੇਰੀ ਵਿੱਦਿਆ ਵੀ ਮੁਬਾਰਕ ਹੈ। ਮਹਾਰਾਜ ਨੇ ਇਹ ਨਹੀਂ ਆਖਿਆ ਵਿੱਦਿਆ ਮਾੜੀ ਹੈ। ਵਿੱਦਿਆ ਤਾਂ ਮਹਾਰਾਜ ਆਪ ਭਾਈ ਸੇ ਭਾਈ ਗੁਰਦਾਸ ਜੀ ਨੂੰ ਪੜ੍ਹਨ ਲਈ ਭੇਜਦੇ ਆ। ਸਾਡੇ ਕੈਵਰੀਆ ਕਹਿੰਦੇ ਵਿੱਦਿਆ ਸਗੋਂ ਸਾਡੇ ਬੱਚਿਆਂ ਨੂੰ ਪੜ੍ਹਨੀ ਚਾਹੀਦੀ ਵੱਧ ਤੋਂ ਵੱਧ। ਔਰ ਇੱਥੋਂ ਤੱਕ ਆਪ ਭਾਵੇਂ ਅੱਧੀ ਖਾਈਏ ਬੱਚਿਆਂ ਨੂੰ ਚੰਗੀ ਵਿੱਦਿਆ ਜਿਹੜੀ ਆ ਉਹ ਜ਼ਰੂਰ ਐਜੂਕੇਸ਼ਨ ਦਿਵਾਈਏ। ਤਾਂ ਕਿ ਉਹ ਚੰਗੇ ਇਨਸਾਨ ਬਣ ਔਰ ਸਮਾਜ ਨੂੰ ਚੰਗੀ ਸੇਧ ਦੇਣ। ਐਸੀ ਮਾਲਕ ਕਿਰਪਾ ਕਰਿਓ ਔਰ ਉਹਦੇ ਨਾਲ ਨਾਲ ਵਿੱਦਿਆ ਦਾ ਵਿਮਾਨ ਨਾ ਹੋਵੇ। ਮਾਲਕ ਦੀ ਇਬਾਦਤ ਜੀਵਨ ਵਿੱਚ ਹੋਵੇ। ਕੇਵਲ ਪੜ੍ਹੀਏ ਨਾ ਉਹਨੂੰ ਜੀਵਨ ਵਿੱਚ ਪ੍ਰੈਕਟੀਕਲ ਕਰੀਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦਿਨਿਕ ਸਵੇਰਾ ਦੇ ਨਾਲ ਦੇਸ਼ ਵਿਦੇਸ਼ ਦੀ ਤਰਤੀ ਤੇ ਦਿਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਜਿਸ ਦੀ ਨੌ ਨੰਬਰ ਪੌੜੀ ਨਾਲ ਆਇਆ ਹੋਇਆ ਦੂਸਰਾ ਸ਼ਲੋਕ ਮਹੱਲਾ ਪਹਿਲਾ ਲਿਖ-ਲਿਖ ਪੜਿਆ ਤੇ ਤੱਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਕ ਕੀਆ ਦੇਹੀ ਦੁਖ ਦੀਆ ਸਹੋ ਵੇਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਿਸ ਕਹਿਰੇ ਮੂਨ ਵਿਗੂਤਾ ਕਿਉ ਜਾਗੈ ਗੁਰਬਿੰਦ ਸੂਤਾ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ ਕੁਝ ਵੱਖ-ਵੱਖ ਤਰ੍ਹਾਂ ਦੇ ਮਨੁੱਖ ਦੇ ਧਾਰਮਿਕ ਕਰਮ ਜਿਨ੍ਹਾਂ ਨੂੰ ਉਹ ਧਾਰਮਿਕ ਸਮਝਦਾ ਹੈ ਔਰ ਕਰਕੇ ਧਰਮੀ ਹੋਣ ਦਾ ਦਾਵਾ ਕਰਦਾ ਹੈ ਉਹਨਾਂ ਦੇ ਨਾਲ ਉਹ ਹਉਮੈ ਹੰਕਾਰ ਦਾ ਰਸਤਾ ਵੀ ਅਪਣਾਉਂਦਾ ਹੈ ਪਰ ਮਹਾਰਾਜ ਸਤਿਪਾਤਸ਼ਾ ਨੂੰ ਉਹਨਾਂ ਦੇ ਯਾਤਰਾ ਕਾਲ ਦੌਰਾਨ ਜੋ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਬੜੇ ਬੜੇ ਐਸੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਸਰੀਰ ਮਿਲੇ ਇਸ ਤਰ੍ਹਾਂ ਦੇ ਪੇਖਾਂ ਦੇ ਜਾਂ ਇਸ ਤਰ੍ਹਾਂ ਦੇ ਕਰਮ ਕਰਨ ਵਾਲੇ ਜਿਨ੍ਹਾਂ ਨੂੰ ਸਤਗੁਰਾਂ ਨੇ ਸੋਜੀ ਦਿੱਤੀ ਔਰ ਜਿਨ੍ਹਾਂ ਨੇ ਉਸ ਸੋਮੇ ਅਹੰਕਾਰ ਤੋਂ ਨਿਕਲ ਕੇ ਨਿਰੰਕਾਰ ਦਾ ਰਸਤਾ ਪਕੜਿਆ ਵੀ ਜੇ ਉਹ ਤੁਰੇ ਤਾਂ ਉਹਨਾਂ ਕਰਮਾਂ ਨੂੰ ਇਸ ਤਰ੍ਹਾਂ ਇਸ ਲਈ ਕਰਨ ਸੰਨ ਕਿ ਅਸੀਂ ਰੱਬ ਦੇ ਨੇੜੇ ਹੋ ਸਕੀਏ ਪਰ ਉਹ ਕਰਮੀ ਉਹਨਾਂ ਲਈ ਇੰਨਾ ਵੱਡਾ ਹੀ ਰੁਕਾਵਟ ਖੜੀ ਕਰ ਗਏ ਹੰਕਾਰ ਦਾ ਕਾਰਨ ਬਣ ਗਏ ਦੂਰ ਹੋ ਗਏ ਸਕੋ ਤੁਹਾ ਮਹਾਰਾਜ ਨੇ ਇੱਥੇ ਜਿਹੜਾ ਬਚਨ ਪਹਿਲਾਂ ਕਿਹਾ ਲਿਖ ਲਿਖ ਪੜਿਆ ਦਿੱਤਾ ਕੜਿਆ ਔਰ ਕੜਿਆ ਸ਼ਬਦ ਜਿਹੜਾ ਹੈ ਉਹ ਇੱਥੇ ਹੰਕਾਰੀ ਹੋ ਜਾਂਦਾ ਹੰਕਾਰ ਦੀ ਬਿਰਤੀ ਲਿਆ ਗਿਆ ਬਈ ਜਿਸ ਤਰ੍ਹਾਂ ਆਮ ਕਰਕੇ ਪਿੰਡਾਂ ਨਗਰਾਂ ਚ ਵੀ ਤੁਸੀਂ ਸੁਣਿਆ ਹੈਗਾ ਵੀ ਜਿੰਨਾ ਪੜ ਗਿਆ ਉਹਨੇ ਕੜ ਗਿਆ ਵੈਸੇ ਤਾਂ ਕੜਨਾ ਜਿਹੜਾ ਨਾ ਆਪਾਂ ਜਿਵੇਂ ਦੁੱਧ ਕੜਨਾ ਰੱਖਦੇ ਸਾਂ ਕਾੜਨੀ ਇਸੇ ਕਰਕੇ ਉਹਨੂੰ ਕਹਿੰਦੇ ਸੀ ਵੀ ਉਹਦੇ ਵਿੱਚ ਦੁੱਧ ਜਿਹੜਾ ਉਹ ਉਬਲੀ ਜਾਂਦਾ ਹਾਉ ਦੇ ਹੱਥਲੇ ਅੱਗ ਜਿਹੜੀ ਉਹ ਇਸ ਤਰ੍ਹਾਂ ਦੀ ਰੱਖ ਦਿੰਦੇ ਗੋਹਿਆਂ ਦੀ ਤੇ ਉਹ ਕਾੜਨੀਆਰੇ ਦੇ ਵਿੱਚ ਰੱਖੀ ਹੁੰਦੀ ਤੇ ਉਹ ਸਾਰੀ ਦਿਹਾੜੀ ਕੱਢਦੀ ਰਹਿੰਦੀ ਤੇ ਉਹ ਕਾੜਨੀ ਉਹਦਾ ਨਾਂ ਹੀ ਤਾਂ ਪਿਆ ਸੀ ਵੈਸੇ ਹੁੰਦੇ ਤਾਂ ਜਦੋਂ ਲਿਆਈਦਾ ਸੀ ਬਰਤਨ ਤੇ ਉਹ ਆਮ ਘੜੇ ਵਰਗਾ ਜਿਹੜਾ ਦੂਜੇ ਭਾਵ ਕੇ ਮੂੰਹ ਖੁੱਲਾ ਉਹਦਾ ਕਾੜਨੀ ਹਿਸਾਬ ਨਾਲ ਬਣਾਇਆ ਪਰ ਘੜੇ ਵਰਗਾ ਹੀ ਰੰਗ ਕਿਉਂਕਿ ਉਹ ਵੀ ਮਿੱਟੀ ਦਾ ਹੀ ਬਣਿਆ ਸੀ ਪਰ ਉਹ ਕੜ ਕੜ ਕੇ ਕੜ ਕੜ ਕੇ ਵਿਚਾਰੀ ਬਾਹਰ ਉਹਨਾਂ ਪੂਰੀ ਦੀ ਪੂਰੀ ਕਾਲੀ ਹੋ ਜਾਂਦੀ ਉਹਨੂੰ ਤਾਂ ਕਾੜਨੀਆਂ ਪਾਉਂਦੇ ਸਾਂ ਉਹਦੇ ਵਿੱਚ ਦੁੱਧ ਕੱਢਦਾ ਸੀ ਤੋ ਇਸ ਤਰ੍ਹਾਂ ਕਹਿੰਦੇ ਵੀ ਜਿਸ ਤਰ੍ਹਾਂ ਪੜਿਆ ਨਾ ਤੇ ਤੇਤਾ ਕੜਿਆ ਭਾਵ ਕਿ ਉਹਨਾਂ ਹੀ ਹੰਕਾਰੀ ਹੋ ਗਿਆ ਹਉ ਮੈਂ ਹੰਕਾਰ ਨਾਲ ਭਰ ਗਿਆ ਜੇਤਾ ਪੜਿਆ ਤੇ ਤੇਤਾ ਕੜਿਆ ਇੱਥੇ ਕੜਿਆ ਸ਼ਬਦ ਜਿਹੜਾ ਹੈ ਉਹ ਹੰਕਾਰ ਲਈ ਲਿਆ ਗਿਆ ਹਉਮੇ ਦਾ ਪ੍ਰਤੀਕ ਲਿਆ ਗਿਆ ਕਹਿੰਦੇ ਵਿਦਿਆ ਪੜੀ ਲਿਖਣੀ ਪੜਨੀ ਜਾਣਦਾ ਉਤਨਾ ਹੀ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੈ ਉਹ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪ੍ਰਵਾਣ ਹੋਣ ਲਈ ਵਿਦਿਆ ਦੀ ਲੋੜ ਹੈ। ਬਈ ਉਹਨੂੰ ਇਸ ਗੱਲ ਦਾ ਹੀ ਅਭਿਮਾਨ ਹੋਵੇ। ਉਹ ਇਹ ਆਖੀ ਜਾ ਬਿ ਤੂੰ ਆਂਦਾ ਜੀ ਮੈਂ ਤੂੰ ਕਹਿੰਦਾ ਤੂੰ ਕੋ ਪੜ੍ਹਾਈ ਕੀਤੀ ਹੈ ਕਹਿੰਦਾ ਨਹੀਂ ਕੋ ਧਾਰਮਿਕ ਗ੍ਰੰਥ ਪੜ੍ਹਿਆ ਕਹਿੰਦਾ ਨਹੀਂ। ਕਹਿੰਦਾ ਜੀ ਮੈਂ ਤਾਂ ਕੇਵਲ ਰੱਬ ਰੱਬ ਕਰਨਾ ਉਹ ਵੀ ਇੰਨਾ ਕੁ ਜਾਣਦਾ ਬਹੁਤਾ ਕੁਝ ਨਹੀਂ ਮੈਂ। ਫਿਰ ਕਹਿੰਦਾ ਤੂੰ ਤੇ ਨਹੀਂ ਤੇਰੇ ਨਾਲੋਂ ਤੇ ਮੈਂ ਬਹੁਤ ਸੌਗ ਮੈਂ ਤਾਂ ਇੰਨੇ ਗ੍ਰੰਥ ਪੜ੍ਹੇ ਆ ਮੈਂ ਤਾਂ ਇੰਨੀ ਪੜ੍ਹਾਈ ਕੀਤੀ ਹੈ ਮੈਂ ਤਾਂ ਆ ਕੀਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚ ਇੱਕ ਵਚਨ ਕਹਿੰਦੇ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਨ ਪੜਿਆ ਪਰਮਗਤ ਪਾਵੇ ਕਹਿੰਦੇ ਜਿਹੜਾ ਪ੍ਰਾਣੀ ਜਿਹੜਾ ਮਨੁੱਖ ਗੋਵਿੰਦ ਨੂੰ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਧਿਆਉਂਦਾ ਉਹ ਚਾਹੇ ਪੜਿਆ ਤੇ ਚਾਹੇ ਅਨ ਪੜਿਆ ਉਹ ਪਰਮਗਤ ਨੂੰ ਪ੍ਰਾਪਤ ਹੋ ਜਾਂਦਾ ਅਨ ਪੜਿਆ ਵੀ ਪ੍ਰਾਪਤ ਹੋ ਜਾਂਦਾ ਉੱਥੇ ਕੇਵਲ ਪਰ ਕਿਉਂਕਿ ਜਦੋਂ ਪੜ੍ਹਾਈ ਦੀ ਗੱਲ ਆਈ ਤੇ ਬਾਬੇ ਕਬੀਰ ਨੇ ਕਹਿ ਦਿੱਤਾ। "ਕਿਆ ਪੜ੍ਹੀ ਐ? ਕਿਆ ਗੁਨੀਆਂ? ਕਿਆ 베ਦ ਪੁਰਾਨਾ ਸੁਣੀਐ? ਪੜ੍ਹੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰਾ ਅੰਧਿਆਰੇ ਦੀਪਕ ਚਈਐ ਇੱਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਕਟ ਦੀਪ ਕਰਿਆ।" ਸਮਾਈ ਫਿਰ ਆਪ ਜੀ ਇੱਕ ਬਚਨ ਪੜੋਗੇ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਬੇ ਤੈੰਜੇ ਮੰਦਾ ਦੂਜੇ ਕੰਮ ਕਰਦਾ ਇਸ ਤਰ੍ਹਾਂ ਵੀ ਇਹ ਕੰਮ ਕਰੀ ਜਾ ਰਿਹਾ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਪਰ ਕਹਿੰਦੇ ਨਾਮ ਬਿਨਾ ਸਭ ਕੂੜ ਗਾਲੀ ਹੋ ਚੀਆਂ ਔਰ ਬਾਬੇ ਰਵਦਾਸ ਦਾ ਇੱਕ ਬਚਨ ਆਪ ਜੀ ਪੜੋਗੇ ਕਿੰਦੇ ਪੜੀਐ ਗੁਣਿਐ ਨਾਮ ਸਭ ਸੁਣੀਐ ਅਨ ਭਾਉ ਭਾਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨ ਪਰਸੈ ਦੇਵ ਸੰਸੈ ਗਾਂਠ ਨ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋਂ ਮਿਲ ਲੂਟੈ ਕਿੰਦੇ ਬਹੁਤ ਕੁਝ ਪੜਦਾ ਹੈ ਕਰਦਾ ਇਸ ਤਰ੍ਹਾਂ ਲੇਕਨ ਜੋ ਅਨੁਭਵ ਹੋਣਾ ਚਾਹੀਦਾ ਜੋ ਅਹਿਸਾਸ ਹੋਣਾ ਚਾਹੀਦਾ ਉਹ ਨਹੀਂ ਪੈਦਾ ਹੋ ਰਿਹਾ ਔਰ ਉਹ ਪੈਦਾ ਨਾ ਹੋਣ ਕਰਕੇ ਉਹਦੀ ਉਹਦੀ ਪਦਾਇਸ਼ ਨਾ ਹੋਣ ਕਰਕੇ ਉਹ ਪੈਦਾ ਨਹੀਂ ਹੋ ਰਿਹਾ ਅਨੁਭਵ ਕੇਵਲ ਪੜ ਰਿਹਾ ਹੈ ਤਾਂ ਕਹਿੰਦੇ ਤਾਂ ਇਸ ਤਰ੍ਹਾਂ ਆ ਵੀ ਜਿਵੇਂ ਪਾਰਸ ਦੇ ਵਿੱਚ ਉਹ ਤਾਕਤ ਤਾਂ ਹੈ ਵੀ ਉਹ ਲੋਹੇ ਨੂੰ ਸੋਨਾ ਕਰ ਸਕਦਾ ਪਰ ਜੇ ਲੋਹਾ ਪਾਰਸ ਨੂੰ ਟੱਚ ਕਰੇਗਾ ਤਾਂ ਤਾਂ ਹੀ ਕਰੇਗਾ ਨਾ ਉਹ ਦੂਰ ਤਾਂ ਇੱਥੇ ਇੱਥੇ ਜੇ ਪਿਆ ਭਾਵੇਂ ساری ਜ਼ਿੰਦਗੀ ਪਿਆ ਰਹੇ ਨਹੀਂ ਹੋ ਸਕਦਾ ਐਸੇ ਹੀ ਗੁਰੂ ਮਾਲਕ ਦੇ ਗੋਲੋ ਤਾਕਤ ਹੈ ਬਖਸ਼ਿਸ਼ ਹੈ ਸਮਰਥਾ ਹੈ ਪਰ ਜੇ ਅਸੀਂ ਆਪਣਾ ਆਪਾ ਉਹਦੇ ਸਪਰਸ਼ ਕਰਾਂਗੇ ਤਾਂ ਹੀ ਹਨ ਉਹਨਾਂ ਨੂੰ ਭਾਵ ਗੁਰੂ ਦੇ ਬਚਨਾਂ ਵਿੱਚ ਗੁਰੂ ਦੇ ਸ਼ਬਦ ਵਿੱਚ ਉਹ ਤਾਕਤ ਹੈ ਪਰ ਸਾਡੇ ਹਿਰਦੇ ਨੂੰ ਛੂਹਣਗੇ ਤਾਂ ਹੀ ਆ ਇਹਦੇ ਲਈ ਉਹਦੇ ਅੱਗੇ ਅਰਦਾਸ ਕਰਨੀ ਆ ਬੇਨਤੀ ਕਰਨੀ ਕਿਉਂਕਿ ਜ਼ੋਰ ਵਾਲਾ ਤਾਂ ਕੰਮ ਹੈ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਤੈਨੂੰ ਇਹ ਅਭਿਮਾਨ ਹੋ ਗਿਆ ਕਿ ਮੈਂ ਬੜੀ ਵਿਦਿਆ ਪੜ੍ਹੀ ਆ ਕਿੰਨੇ ਆਪਾਂ ਇਤਿਹਾਸ ਵਿੱਚ ਜਿਵੇਂ ਅੰਬਾਲੇ ਦੇ ਪਾਸ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਤੇ ਮਹਾਰਾਜ ਨੇ ਉੱਥੇ ਵੀ ਤਾਂ ਇਹ ਅਭਿਮਾਨ ਉਤਾਰਿਆ ਨ ਉਸ ਲਾਲਚੰਦ ਬ੍ਰਾਹਮਣ ਦਾ ਉਹਦੇ ਮੁਕਾਬਲ ਤਨ ਉਸ ਛੱਜੂ ਚੀਵਰ ਨੂੰ ਮਹਾਰਾਜ ਨੇ ਕਿੱਡੀ ਵੱਡੀ ਕਿਰਪਾ ਕੀਤੀ ਇੱਕ ਪਾਸੇ ਵਿਦਿਆ ਦਾ ਅਭਿਮਾਨ ਇੱਕ ਪਾਸੇ ਜੀਵਨ ਕਿਸ ਤਰ੍ਹਾਂ ਦਾ ਪਰ ਮਾਲਕ ਤਰੁੱਠੇ ਨੇ ਉਹ ਦਿੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਪਨ ਵਿੱਚ ਪਹਿਲੀ ਪੜ੍ਹਾਈ ਜਦੋਂ ਪੜ੍ਹਨ ਵਾਸਤੇ ਗਏ ਆ ਜਿਹਦੇ ਤੋਂ ਲੇਖਾ ਸਿੱਖਣਾ ਸੀ ਉਹਦਾ ਨਾਮ ਗੋਪਾਲ ਪੰਡਾ ਕਰਕੇ ਆਇਆ ਫਿਰ ਫਾਰਸੀ ਪੜਾਉਣ ਵਾਸਤੇ ਜਿੰਨਾ ਉਹ ਕুতਬਦੀਨ ਜਿਹੜਾ ਮੌਲਵੀ ਦੀ ਗੱਲ ਆਉਂਦੀ ਹੈ ਫਿਰ ਬ੍ਰਿਜ ਭਾਸ਼ਾ ਜਿੰਨੇ ਵੀ ਪੜਾਉਣ ਵਾਲੇ ਸਨ ਮਹਾਰਾਜ ਨੇ ਉਹਨਾਂ ਨੂੰ ਵਿਦਿਆ ਦੇ ਅਸਲ ਮਾਇਨੇ ਦੱਸੇ ਬਈ ਇਹਨਾਂ ਅੱਖਰਾਂ ਦਾ ਗਿਆਨ ਜਿਹੜਾ ਹੈ ਇਹ ਠੀਕ ਐ ਅੱਖਰਾਂ ਨਾਲ ਹੀ ਉਹਦੀ ਸਿਫਤੋ ਸਲਾਹ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਨੇ ਅਖਰੀ ਨਾਮ ਅਖਰੀ ਸਾਲ ਆਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਪਰ ਕਹਿੰਦੇ ਜਿਨ ਨੇ ਲਿਖੇ ਤੇ ਸਰਨਾ ਹੈ ਵੇਨਾ ਅੱਖਰਾਂ ਦਾ ਮੁਤਾਜ ਨਹੀਂ ਹੈ ਗਿਆਨ ਹੋਣਾ ਬੜੀ ਵਧੀਆ ਗੱਲ ਹੈ ਪਰ ਤੁਸੀਂ ਇਹ ਆਖੋ ਕਿ ਮੈਂ ਗਿਆਨ ਦੇ ਜੋਰ ਨਾਲ ਰੱਬ ਨੂੰ ਪ੍ਰਾਪਤ ਕਰ ਲਵਾਂ ਮੈਨੂੰ ਤਾਂ ਮਿਲਣਾ ਹੀ ਮਿਲਣਾ ਤੇ ਦੂਸਰੇ ਨੂੰ ਅਸੀਂ ਆਖੀਏ ਤੂੰ ਤਾਂ ਪੜ੍ਹਾਈ ਕੋਈ ਨਹੀਂ ਤੇਰੀ ਤੂੰ ਤਾਂ ਰੱਬ ਰੱਬਕਾਰੀ ਨਹੀਂ ਸਕਦਾ ਤੇ ਤੈਨੂੰ ਤਾਂ ਉਹਦੀ ਪ੍ਰਾਪਤੀ ਨਹੀਂ ਹੋਣੀ ਤੈਨੂੰ ਤਾਂ ਰੱਬ ਬਾਬਤ ਪਤਾ ਹੀ ਨਹੀਂ ਹੈ ਮੈਨੂੰ ਬਹੁਤ ਕੁਝ ਪਤਾ ਹੈ ਕਿ ਰੱਬ ਦੀ ਪ੍ਰਾਪਤੀ ਕਿਵੇਂ ਕਰੀਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਇੱਥੇ ਸੂਤਰ ਦਿੱਤਾ ਕਿ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਜੈਸੇ ਕਹਿੰਦੇ ਪਾਣੀ ਆ ਨਾ ਕਈ ਵੇਰੇ ਸੀ ਕਹਿੰਦੇ ਜੇ ਅਸੀਂ ਤਾਂ ਪੜਿਆ ਲਿਖਾਈ ਨਹੀਂ ਕੀਤੀ ਮਹਾਰਾਜ ਕਹਿੰਦੇ ਪਾਣੀ ਆ ਇੱਕ ਬੰਦੇ ਨੂੰ ਪਤਾ ਹੈ ਕਿ ਪਾਣੀ ਵਿੱਚ ਕੀ ਕੁਝ ਆ ਇਹਦਾ ਫਾਰਮੂਲਾ ਜੋ H2O ਆ ਜਾਂ HO2 ਜਿਸ ਢੰਗ ਨਾਲ ਵੀ ਉਹ ਫਾਰਮੂਲਾ ਲਿਆ ਜਾਂਦਾ ਇਕ ਨੂੰ ਇਹ ਪਤਾ ਵੀ ਇਹਦੇ ਵਿੱਚ ਆ ਕੁਝ ਆ ਕੁਝ ਹੈ। ਉਹਨੇ ਵੀ ਇੱਕ ਗਲਾਸ ਪਾਣੀ ਦਾ ਪੀਤਾ। ਇੱਕ ਅਨਪੜ ਬੈਠਾ ਜਿਹਨੂੰ ਕੋਈ ਪਤਾ ਨਹੀਂ ਵੀ ਉਹਨੂੰ ਇੰਨਾ ਪਤਾ ਵੀ ਇਹ ਪਾਣੀ ਹੈ। ਉਹਨੇ ਫੜਿਆ ਗਲਾਸ ਪੀ ਲਿਆ। ਪਾਣੀ ਨੇ ਪਿਆਸ ਦੋਨਾਂ ਦੀ 부ਝਾਈ ਐ, ਕਪੜੇ ਲਿਖੇ ਨੇ ਪੀਤਾ ਐ, ਕਨਪੜ ਨੇ ਪੀਤਾ। ਐਸੇ ਹੀ ਪਰਮੇਸ਼ਰ ਦੀ ਬੰਦਗੀ ਉਹਦੀ ਇਬਾਦਤ ਜਿਹੜੀ ਐ ਉਹ ਜੇ ਗਿਆਨਵਾਨ ਹੋ ਮੇਂ ਹੰਕਾਰ ਤੋਂ ਪਾਸੇ ਆ ਤਾ ਫਿਰ ਤਾਂ ਉਹਦਾ ਜੀਵਨ ਮਾਲਕ ਦੇ ਦਰ ਤੇ ਪ੍ਰਵਾਨ ਚੜ ਜਾਏਗਾ ਅਦਰਵਾਈਜ਼ ਜੇ ਉਹਨੂੰ ਅੱਖਰਾਂ ਦੇ ਗਿਆਨ ਦਾ ਹੰਕਾਰ ਹੋ ਗਿਆ ਤਾਂ ਸਹਿਬ ਕਹਿੰਦੇ ਫਿਰ ਸ਼ਾਇਦ ਉਹ ਰਹਿ ਜਾਏ ਤੇ ਜਿਹਨੂੰ ਜਿਹਦੇ ਕੋਲੇ ਅੱਖਰ ਨਹੀਂ ਉਹ ਪ੍ਰਵਾਨ ਚੜ ਜਾਏ ਤਾਂ ਕਰਕੇ ਮਹਾਰਾਜ ਕਹਿੰਦੇ ਆ ਵੀ ਇਹ ਤੇ ਧਾਰਮਿਕ ਪੁਸਤਕਾਂ ਪੜਨੀਆਂ ਧਾਰਮਿਕ ਵਿਦਿਆ ਗ੍ਰੰਥ ਪੜ੍ਹਨੇ ਚੰਗਾ ਕਰਮ ਵਿਦਿਆ ਹੋਣੀ ਲੇਕਿਨ ਮਾਲਕ ਦੀ ਇਬਾਦਤ ਤੋਂ ਬਗੈਰ ਸੇ ਹੀ ਹੰਕਾਰ ਵਿੱਚ ਵੀ ਮੈਂ ਪੜਿਆ ਮੈਂ ਤਹਣ ਪ੍ਰਵਾਨ ਚੜੀ ਜਾਣਾ ਸਾਹਿਬ ਕਹਿੰਦੇ ਨਹੀਂ ਬੜੇ ਬੜੇ ਜੀਵਨ ਜਿਹੜੇ ਨੇ ਹਉਮੇ ਵਿੱਚ ਡੁੱਬ ਗਏ ਮਹਾਰਾਜ ਨੇ ਅਗਲੇ ਸਲੋ ਇਹ ਇਸੇ ਸ਼ਲੋਕ ਵਿੱਚ ਅਗਲੀਆਂ ਹੋਰ ਅਨੇਕਾਂ ਉਦਾਹਰਨਾਂ ਦੇਖ ਕੇ ਜਿਹੜੇ ਸੀ ਧਾਰਮਿਕ ਕਰਮ ਕਰਦੇ ਆ ਲੇਕਿਨ ਜੇ ਉਹਨਾਂ ਧਾਰਮਿਕ ਕਰਮਾਂ ਦਾ ਬੰਦੇ ਨੂੰ ਅਭਿਮਾਨ ਹੰਕਾਰ ਹੈ ਤਾਂ ਸਭ ਕੁਝ ਕਰਦਿਆਂ ਹੋਇਆਂ ਵੀ ਕਿਵੇਂ ਡੁੱਬ ਜਾਂਦਾ ਹੈ ਮਾਲਕ ਨੇ ਬੜੇ ਬਾਵ ਵਿਸਥਾਰ ਜਿਹੜਾ ਹੈ ਇਹ ਸਾਨੂੰ ਸੋਝੀ ਦਿੱਤੀ ਹੈ ਸਮਝਾਇਆ ਆਪਾਂ ਅਗਲੇ ਭਾਗ ਦੇ ਵਿੱਚ ਸ਼ਲੋਕ ਨੂੰ ਅੱਗੋਂ ਆਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ